ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਦੇ ਵੱਲੋਂ ਸਾਡਾ ਐਮਪੀ ਸਾਡੇ ਘਰ ਨਾਮ ਦੀ ਇੱਕ ਨਵੀਂ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਉਹ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ। ਇਸ ਮੁਹਿੰਮ ਦੇ ਤਹਿਤ ਭਗਵੰਤ ਮਾਨ ਸੰਗਰੂਰ ਲੋਕ ਸਭਾ ਦੇ ਪਿੰਡ ਮੋੜ ਨਾਭਾ ਚ ਜਾਣਗੇ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ। ਇਸ ਮੌਕੇ ਸੰਗਰੂਰ ਦੇ ਐਮਪੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਹੈ ਕਿ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਜੋ ਐਮਪੀ ਦੇ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਨਹੀਂ ਆ ਸਕਦੇ। ਉੱਥੇ ਦੂਜੇ ਪਾਸੇ ਲੋਕਾਂ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ ਚਲਾਈ ਗਈ ਇਸ ਮੁਹਿੰਮ ਦੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਮੈਂ ਪਾਰਲੀਮੈਂਟ ਦਾ ਸੈਸ਼ਨ ਮੁਕਾ ਕੇ ਹੋਰ ਜਿਹੜੀਆਂ ਫਾਰਮੈਲਿਟੀਆਂ, ਕੋਈ ਗੱਡੀ ਦਾ ਪਾਸ ਬਣਨਾ, ਕੋਈ ਪੀਏ ਦਾ ਪਾਸ ਬਣਨਾ, ਕੋਈ ਹੋਰ ਸਾਈਨ ਹੋਣਗੇ, ਫੋਟੋਆਂ ਲੱਗਣੀਆਂ ਜਿੱਥੇ ਵੀ ਸਾਡੇ ਫਾਰਮਾਂ 'ਤੇ, ਉਹ 2-3 ਮਹੀਨਿਆਂ ਦਾ ਪ੍ਰੋਸੈਸ ਹੁੰਦਾ ਜਿਹੜੇ ਐਮ ਪੀਜ਼ ਨੇ ਜਦੋਂ ਚੁਣੇ ਜਾਂਦੇ ਨੇ, ਅਤੇ 2.5 ਮਹੀਨਿਆਂ ਦਾ ਸੈਸ਼ਨ ਸੀ। ਸੋ ਮੈਂ ਕਾਫੀ ਲੰਬਾ ਸਮਾਂ ਦਿੱਲੀ ਰਹਿ ਕੇ ਅਤੇ ਮੈਂ ਕੰਮ ਮੁਕਾ ਕੇ ਆਪਣੇ ਆ ਗਿਆ। ਮੈਂ ਕੱਲ੍ਹ ਅਸੀਂ ਰੱਖੜ ਪੁੰਨਿਆਂ ਦੇ ਮੇਲੇ 'ਤੇ ਬਾਬਾ ਬਕਾਲਾ ਸਾਹਿਬ ਅਸੀਂ ਰੈਲੀ ਕੀਤੀ ਸੀ, ਅਤੇ ਹੁਣ ਪੂਰੇ ਪੰਜਾਬ ਦੇ ਵਿੱਚ ਜਿਹਨਾਂ ਚਿਰ ਅਗਲਾ ਸੈਸ਼ਨ ਨਹੀਂ ਸ਼ੁਰੂ ਹੁੰਦਾ ਮੈਂ ਜਾਊਂਗਾ, ਜਗ੍ਹਾ ਜਗ੍ਹਾ ਜਾਵਾਂਗੇ, ਵਲੰਟੀਅਰਸ ਨੂੰ ਮਿਲਾਂਗੇ ਔਰ ਅਹੁਦੇਦਾਰਾਂ ਦਾ ਉਹਨਾਂ ਨਾਲ ਲੋਕ ਮਿਲਣੀਆਂ ਕਰਾਂਗੇ। ਔਰ ਇੱਕ ਸਾਡਾ ਐਮ ਪੀ ਸਾਡੇ ਘਰ ਨਾਂ ਦਾ ਇੱਕ ਪ੍ਰੋਗਰਾਮ ਕੱਲ੍ਹ ਤੋਂ ਸ਼ੁਰੂ ਕਰ ਰਹੇ ਹਾਂ। ਕੱਲ੍ਹ ਨੂੰ ਜਿਵੇਂ ਇੱਥੇ ਅਸੀਂ ਸੰਗਰੂਰ ਬੁਲਾਉਣ ਦੀ ਬਜਾਏ ਲੋਕਾਂ ਨੂੰ, ਅਸੀਂ ਆਪ ਜਾਵਾਂਗੇ ਉਹਨਾਂ ਕੋਲ। ਕੱਲ੍ਹ ਨੂੰ ਮੌੜ ਨਾਭਾ ਪਿੰਡ ਹੈ, ਭਦੌੜ ਹਲਕੇ ਦਾ ਵੱਡਾ ਪਿੰਡ ਹੈ, ਅਤੇ ਆਲੇ ਦੁਆਲੇ 10-15 ਪਿੰਡਾਂ ਦੇ ਲੋਕ ਹੋਰ ਵੀ ਆਉਣਗੇ ਉੱਥੇ। ਕਈਆਂ ਤੋਂ ਸੰਗਰੂਰ ਇੱਥੇ ਪਹੁੰਚਿਆ ਨਹੀਂ ਜਾਂਦਾ, ਕੋਈ ਲੇਡੀ ਹੈ, ਇਕੱਲੀ ਹੈ, ਉਹ ਨਹੀਂ ਸੰਗਰੂਰ ਪਹੁੰਚ ਸਕਦੀ, ਜਾਂ ਉਹਨੂੰ ਕੋਈ ਨਹੀਂ ਬੰਦਾ ਮਿਲਦਾ ਜਿਹੜਾ ਸੰਗਰੂਰ ਲੈ ਜੇ, ਨਾਲੇ ਭਾੜਾ ਕਰਾਇਆ ਉਹਨਾਂ ਦਾ ਲੱਗਦਾ। ਸੋ ਅਸੀਂ ਇਸੇ ਤਰ੍ਹਾਂ ਪਰਸੋਂ ਨੂੰ ਧੂਰੀ ਦੇ ਪਿੰਡਾਂ 'ਚ ਬੈਠਾਂਗੇ, ਕਿਸੇ ਪਿੰਡ 'ਚ, ਸਾਡਾ ਐਮ ਪੀ ਸਾਡੇ ਘਰ ਇਹ ਟਾਈਟਲ ਹੈ ਇਹਦਾ। ਹਾਂ, ਇੱਕ ਦਿਨ 'ਚ ਇੱਕ ਹਲਕਾ ਜੀ, ਹਾਂਜੀ, ਪੂਰਾ ਦਿਨ ਉੱਥੇ ਲਾਵਾਂਗੇ। ਅਤੇ ਫਿਰ ਉਸ ਤੋਂ ਬਾਅਦ ਚੀਮਾ ਮੰਡੀ, ਉਸ ਤੋਂ ਬਾਅਦ ਛਾਜਲੀ ਵੱਡੇ ਪਿੰਡ 'ਚ ਬਹਿ ਕੇ, ਤਾਂ ਕਿ ਆਲੇ ਦੁਆਲੇ ਦੇ ਪਿੰਡ ਜਿਹੜੇ ਨੇ ਉਹ ਭਾਵੇਂ ਸਾਈਕਲ 'ਤੇ ਆ ਜਾਣ, ਭਾਵੇਂ ਪਿੰਡ ਦੇ ਲੋਕ ਭਾਵੇਂ ਤੁਰ ਕੇ ਆ ਜਾਣ। ਸੋ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਬਣਾਇਆ। ਹਰਸ਼ ਕੌਸ਼ਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ ਟੀਵੀ, ਐਨ ਆਰ ਆਈ।